ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਸੰਖਿਆਵਾਂ ਵਾਲਾ ਚੈਪਟਰ ਸ਼ੁਰੂ ਕੀਤਾ। ਉਹਦੇ 'ਚ ਬੇਟਾ ਕੁਛ ਇੱਕ ਬੇਸਿਕ ਗੱਲਾਂ ਜਿਹੜੀਆਂ ਉਹਦੀ ਥਿਊਰੀ ਨਾਲ ਰਿਲੇਟਡ ਉਹ ਸ਼ੁਰੂ ਕੀਤੀਆਂ। ਤਾਂ ਬੇਟਾ ਅੱਗੇ ਆਪਾਂ ਇਹਦੇ ਸੈਕਿੰਡ ਪਾਰਟ 'ਚ ਕਰਦੇ ਹਾਂ। ਨੰਬਰ 1 'ਤੇ ਪ੍ਰਕਿਰਤਿਕ ਸੰਖਿਆਵਾਂ ਕਿਹੜੀਆਂ ਹੁੰਦੀਆਂ, ਪ੍ਰਕਿਰਤਿਕ ਸੰਖਿਆਵਾਂ ਜਾਂ ਇਹਨਾਂ ਨੂੰ ਕੁਦਰਤੀ ਸੰਖਿਆਵਾਂ ਵੀ ਕਹਿੰਦੇ ਆ। ਬੇਟਾ ਇਹ ਕਹਿੰਦਾ 1, 2, 3, 4 ਅਪ ਟੂ ਅਨੰਤ ਤੱਕ ਚੱਲਦੀਆਂ ਆ, ਠੀਕ ਹੈ। ਜੇ ਤੁਹਾਨੂੰ ਕੋਈ ਪੁੱਛ ਲਵੇ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਕਿਹੜੀ ਹੈ, ਤੁਸੀਂ ਕਹੋਗੇ 1। ਜੇ ਉਹ ਕਹੇ ਸਭ ਤੋਂ ਵੱਡੀ ਕਿਹੜੀ ਹੈ, ਤਾਂ ਸਭ ਤੋਂ ਵੱਡੀ ਬੇਟਾ ਅਨੰਤ ਹੈਗੀ ਆ, ਉਹ ਲਿਖੀ ਨਹੀਂ ਜਾ ਸਕਦੀ, ਠੀਕ ਹੈ। ਬੇਟਾ ਅੱਗੇ ਆ ਗਿਆ ਨੰਬਰ 2 'ਤੇ ਪੂਰਨ ਸੰਖਿਆਵਾਂ। ਪੂਰਨ ਸੰਖਿਆਵਾਂ ਦੇ ਵਿੱਚ ਬੇਟਾ ਇੱਕ ਹੀ ਫਰਕ ਹੈ, ਪ੍ਰਕਿਰਤਿਕ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ, ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੋ ਜਾਂਦੀਆਂ। 0, 1, 2, 3, 4, 5 ਅਪ ਟੂ ਅਨੰਤ ਤੱਕ ਚੱਲਦੀਆਂ ਆ, ਠੀਕ ਹੈ। ਸਭ ਤੋਂ ਛੋਟਾ ਪੂਰਨ ਛੋਟੀ ਪੂਰਨ ਸੰਖਿਆ 0, ਉਦੋਂ ਬਾਅਦ ਦੇ ਵਿੱਚ ਵੱਡੀ ਤੋਂ ਵੱਡੀ ਪੂਰਨ ਸੰਖਿਆ ਜਿਹੜੀ ਅਸੀਂ ਨਹੀਂ ਲਿਖ ਸਕਦੇ, ਅਨੰਤ ਤੱਕ ਚੱਲਦੀਆਂ, ਠੀਕ ਹੈ। ਅੱਗੇ ਆ ਗਿਆ ਬੇਟਾ ਜਿਸਤ ਸੰਖਿਆਵਾਂ। ਜਿਸਤ ਸੰਖਿਆਵਾਂ ਉਹ ਸੰਖਿਆਵਾਂ ਬੇਟਾ ਜਿਹੜੀਆਂ ਦੋ ਜੋਟਿਆਂ ਦੇ ਵਿੱਚ ਹੁੰਦੀਆਂ, 2 'ਤੇ ਵੰਡੀਆਂ ਜਾਂਦੀਆਂ, ਉਹਨਾਂ ਨੂੰ ਜਿਸਤ ਸੰਖਿਆਵਾਂ ਕਹਿੰਦੇ ਆ। ਜਿਵੇਂ 2, 4, 6, 8, 10, 12 ਅਪ ਟੂ ਅਨੰਤ ਤੱਕ, ਇਹਦਾ ਕੋਈ ਅੰਤ ਨਹੀਂ, ਵੱਡੀ ਤੋਂ ਵੱਡੀ ਅੱਗੇ ਤੋਂ ਅੱਗੇ ਚੱਲੀ ਜਾਊਗੀ। ਅੱਗੇ ਆ ਗਿਆ ਬੇਟਾ ਟਾਂਕ ਸੰਖਿਆਵਾਂ। ਟਾਂਕ ਸੰਖਿਆਵਾਂ ਬੇਟਾ ਜਿਵੇਂ ਬੱਚੇ ਛੋਟੇ ਹੁੰਦੇ ਬੰਟੇ ਖੇਡਦੇ ਹੁੰਦੇ, ਕਲੀ ਵਾਲੀਆਂ ਸੰਖਿਆਵਾਂ ਨੂੰ ਟਾਂਕ ਸੰਖਿਆਵਾਂ ਕਹਿੰਦੇ ਆ। ਇਹਦੇ ਵਿੱਚ 1, 3, 5, 7, 9 ਅਪ ਟੂ ਅਨੰਤ ਤੱਕ ਚੱਲਦੀਆਂ, ਇਹ ਵੀ ਵੱਡੀ ਤੋਂ ਵੱਡੀ ਸੰਖਿਆ ਨਹੀਂ ਲਿਖੀ ਜਾ ਸਕਦੀ, ਠੀਕ ਹੈ ਬੇਟਾ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 0.5, ਕਹਿੰਦਾ ਅਭਾਜ ਸੰਖਿਆਵਾਂ ਅਜਿਹੀਆਂ ਸੰਖਿਆਵਾਂ ਜੋ 1 ਅਤੇ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਵੀ ਸੰਖਿਆ 'ਤੇ ਭਾਜਯੋਗ ਨਹੀਂ ਹੁੰਦੀਆਂ। ਇਹਨਾਂ ਨੂੰ ਬੇਟਾ ਕੋਈ ਵੀ ਸੰਖਿਆ ਆ ਉਹ ਜਿਹੜੀ 1 'ਤੇ ਆਪਣੇ ਆਪ ਦੇ ਉੱਤੇ ਤਾਂ ਵੰਡੀ ਜਾਂਦੀ ਹੈ। ਜਿਵੇਂ 5 ਆ, 5 1 'ਤੇ ਵੀ ਵੰਡਿਆ ਜਾਊਗਾ ਅਤੇ 5 'ਤੇ ਵੀ ਪੂਰਾ ਪੂਰਾ ਵੰਡਿਆ ਜਾਊਗਾ, ਪਰ ਅਭਾਜ ਸੰਖਿਆਵਾਂ ਉਹਨਾਂ ਨੂੰ ਕਹਿੰਦੇ ਆ ਜਿਹੜੀਆਂ 1 ਅਤੇ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਵੀ ਸੰਖਿਆ 'ਤੇ ਭਾਜਯੋਗ ਨਹੀਂ ਹੁੰਦੀਆਂ, ਠੀਕ ਹੈ ਬੇਟਾ। ਤਾਂ ਬੇਟਾ ਅਭਾਜ ਸੰਖਿਆਵਾਂ ਕਿੱਥੋਂ, 2 ਤੋਂ ਸ਼ੁਰੂ ਹੁੰਦੀਆਂ, 1 ਨੂੰ ਅਸੀਂ ਅਭਾਜ ਸੰਖਿਆ 'ਚ ਨਹੀਂ ਲੈਂਦੇ। 2, 3, 5, 7, 11, 13 ਤਾਂ ਬੇਟਾ ਇਹ ਵੀ ਅਨੰਤ ਤੱਕ, ਅੱਗੇ ਦੀ ਅੱਗੇ ਦਾ ਕੋਈ ਅੰਤ ਨਹੀਂ ਹੈਗਾ, ਚੱਲੀ ਜਾਣੀਆਂ ਅਭਾਜ ਸੰਖਿਆਵਾਂ, ਠੀਕ ਹੈ। ਤਾਂ ਮੇਰਾ ਖਿਆਲ ਹੈ ਤੁਹਾਨੂੰ ਗੱਲ ਪਤਾ ਲੱਗ ਗਈ। ਇਹ ਸੰਖਿਆਵਾਂ ਬੇਟਾ 1 ਅਤੇ ਆਪਣੇ ਆਪ ਤੋਂ ਇਲਾਵਾ ਹੋਰ ਕਿਸੇ ਵੀ ਸੰਖਿਆ 'ਤੇ ਭਾਗ ਨਹੀਂ ਹੁੰਦੀਆਂ, ਭਾਜ ਨਹੀਂ ਹੁੰਦੀਆਂ। ਅੱਗੇ ਆ ਗਿਆ ਬੇਟਾ ਭਾਜ ਸੰਖਿਆਵਾਂ, ਕਹਿੰਦਾ ਇਹਦੀ ਡੈਫੀਨੇਸ਼ਨ ਅਜਿਹੀਆਂ ਸੰਖਿਆਵਾਂ ਜੋ 1 ਅਤੇ ਆਪਣੇ ਆਪ ਤੋਂ ਇਲਾਵਾ ਹੋਰ ਵੀ ਕਿਸੇ ਸੰਖਿਆ 'ਤੇ ਭਾਜਯੋਗ ਹੁੰਦੀਆਂ ਹਨ, ਉਹਨਾਂ ਨੂੰ ਭਾਜ ਸੰਖਿਆਵਾਂ ਕਿਹਾ ਜਾਂਦਾ ਆ। ਜਿਵੇਂ 4, 6, 8, 9, 10 4 ਆ ਜਿਹੜਾ 1 'ਤੇ ਵੀ ਵੰਡਿਆ ਜਾਂਦਾ, 4 'ਤੇ ਵੀ ਵੰਡਿਆ ਜਾਂਦਾ, ਉਦੋਂ ਬਾਅਦ 'ਚ ਬੇਟਾ 2 'ਤੇ ਵੀ ਵੰਡਿਆ ਜਾਂਦਾ, ਠੀਕ ਹੈ। ਅੱਗੇ ਆ ਗਿਆ ਬੇਟਾ ਯਾਦ ਰੱਖੋ, ਕਹਿੰਦਾ ਸੰਖਿਆ 1 ਆ ਜਿਹੜੀ, ਨਾ ਤਾਂ ਭਾਜ ਸੰਖਿਆ ਅਤੇ ਨਾ ਹੀ ਅਭਾਜ ਸੰਖਿਆ ਆ, ਠੀਕ ਹੈ। ਤਾਂ 2 ਸਭ ਤੋਂ ਛੋਟੀ ਅਭਾਜ ਸੰਖਿਆ ਜਿਹੜੀ ਹੈ ਉਹ ਹੈਗੀ ਆ 2, ਠੀਕ ਹੈ। ਜਿਸਤ ਅਭਾਜ ਸੰਖਿਆ ਵੀ ਅਸੀਂ ਕਹਿ ਸਕਦੇ ਹਾਂ ਇਹਨੂੰ, ਠੀਕ ਹੈ। ਅਤੇ ਅੱਗੇ ਕੇਵਲ 2 ਹੀ ਜਿਸਤ ਅਭਾਜ ਸੰਖਿਆ ਆ, 2 ਹੀ ਅਜਿਹੀ
ਸੰਖਿਆ ਜਿਹੜੀ ਜਿਸਤ ਵੀ ਆ ਅਤੇ ਅਭਾਜ ਵੀ ਆ। ਠੀਕ ਹੈ ਬੇਟਾ, ਅੱਗੇ ਆ ਗਿਆ ਜੁੜੀਆਂ ਜਾਂ ਜੁੜਵੀਆਂ ਅਭਾਜ ਸੰਖਿਆਵਾਂ। ਦੋ ਲਗਾਤਾਰ ਟਾਂਕ ਅਭਾਜ ਸੰਖਿਆਵਾਂ ਨੂੰ ਜੁੜਵੀਆਂ ਅਭਾਜ ਸੰਖਿਆਵਾਂ ਕਿਹਾ ਜਾਂਦਾ ਜਾਂ ਕਹਾਉਂਦੀਆਂ, ਜਿਵੇਂ 3 ਅਤੇ 5, 11 ਅਤੇ 13। ਇਹ ਜੁੜਵੀਆਂ ਅਭਾਜ ਸੰਖਿਆਵਾਂ ਹੈਗੀਆਂ। ਠੀਕ ਹੈ ਬੇਟਾ, ਅੱਗੇ ਆ ਗਿਆ ਬੇਟਾ ਸਹਿ ਅਭਾਜ ਸੰਖਿਆਵਾਂ। ਸਹਿ ਅਭਾਜ ਸੰਖਿਆਵਾਂ ਕਿਹਨਾਂ ਨੂੰ ਕਹਿੰਦੇ ਆ? ਕਹਿੰਦੇ ਜੇਕਰ ਦੋ ਸੰਖਿਆਵਾਂ ਵਿੱਚ ਇੱਕ ਤੋਂ ਇਲਾਵਾ ਹੋਰ ਕੋਈ ਵੀ ਗੁਣ ਨਿਖੰਡ ਸਾਂਝਾ ਨਾ ਹੋਵੇ ਤਾਂ ਉਹ ਸਹਿ ਅਭਾਜ ਸੰਖਿਆਵਾਂ ਕਹਾਉਂਦੀਆਂ ਹਨ। ਇਸ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਦੋਵੇਂ ਸੰਖਿਆਵਾਂ ਅਭਾਜ ਹੋਣ। ਤਾਂ ਬੇਟਾ ਸਹਿ ਅਭਾਜ ਸੰਖਿਆਵਾਂ ਜਿਹੜੀਆਂ ਹੈਗੀਆਂ ਆ ਉਹਦੇ ਵਿੱਚ ਦੋ ਅਜਿਹੀਆਂ ਸੰਖਿਆਵਾਂ ਜਿਨ੍ਹਾਂ ਦੇ ਵਿੱਚ ਕੇਵਲ ਅਤੇ ਕੇਵਲ ਇੱਕ ਹੀ ਗੁਣ ਨਿਖੰਡ ਸਾਂਝਾ ਹੁੰਦਾ, ਜਿਵੇਂ 8 ਅਤੇ 9 ਆ। 8 ਦੇ ਗੁਣ ਨਿਖੰਡ ਕੀ ਬਣਦੇ ਆ ਬੇਟਾ? 8 ਦੇ ਗੁਣ ਨਿਖੰਡ ਬਣਦੇ 2 ਗੁਣਾ 2 ਗੁਣਾ 2 ਗੁਣਾ 1, ਅਤੇ 9 ਦੇ ਬਣਦੇ ਆ 3 ਗੁਣਾ 3 ਗੁਣਾ 1। ਸਿਰਫ ਅਤੇ ਸਿਰਫ ਇੱਕ ਹੀ ਗੁਣ ਨਿਖੰਡ ਸਾਂਝਾ ਇਹਦੇ ਵਿੱਚ, ਇਸ ਕਰਕੇ ਬੇਟਾ ਇਹ ਸਹਿ ਅਭਾਜ ਸੰਖਿਆਵਾਂ ਹੈਗੀਆਂ ਆ। ਠੀਕ ਹੈ ਬੇਟਾ, ਤਾਂ ਇਹਦੇ ਵਿੱਚ ਜ਼ਰੂਰੀ ਨਹੀਂ ਵੀ ਦੋਵੇਂ ਸੰਖਿਆਵਾਂ ਅਭਾਜ ਹੋਣ। ਸਹਿ ਅਭਾਜ ਸੰਖਿਆਵਾਂ ਦੀ ਡੈਫੀਨੇਸ਼ਨ ਤੁਹਾਨੂੰ ਪਤਾ ਲੱਗ ਗਈ, ਹੁਣ ਤੁਸੀਂ ਦੱਸ ਸਕਦੇ ਹਾਂ ਵੀ ਕਿਹੜੀਆਂ ਸੰਖਿਆਵਾਂ ਸਹਿ ਅਭਾਜ ਹੈਗੀਆਂ। ਇਸ ਬੇਟਾ ਇਹ ਸੀਗੀਆਂ ਸਹਿ ਅਭਾਜ ਸੰਖਿਆਵਾਂ। ਤਾਂ ਇਹ ਤੋਂ ਅਗਲੇ ਜਿਹੜੇ ਭਾਜ ਯੋਗਤਾ ਬਾਰੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।